ਜ਼ਿਲ੍ਹਾ ਅਕਾਲੀ ਦਲ ਬਾਦਲ ਐਸਸੀ ਵਿੰਗ ਦਿਹਾਤੀ ਦੀ ਮੀਟਿੰਗ ਵਿੱਚ ਵੱਖ-ਵੱਖ ਵਿਸ਼ਿਆਂ ਤੇ ਗੱਲਬਾਤ ਕੀਤੀ ਗਈ। ਐਸਸੀ ਵਿੰਗ ਦੇ ਕੌਮੀ ਪ੍ਰਚਾਰ ਸਕੱਤਰ ਹੈਪੀ ਦਾਸ ਪੀਲ ਨੇ ਮੇਜਰ ਸਿੰਘ ਰੰਧਾਵਾ ਨੂੰ ਜ਼ਿਲ੍ਹਾ ਦਿਹਾਤੀ ਇਕਾਈ ਦਾ ਜਨਰਲ ਸਕੱਤਰ ਨਿਯੁਕਤ ਕੀਤਾ। ਪ੍ਰਧਾਨ ਪਰਮਜੀਤ ਸਿੰਘ ਵਨੀਕੇ ਨੇ ਵੀ ਵਿਚਾਰ ਸਾਂਝੇ ਕੀਤੇ। ਸਰਦਾਰ ਮੇਜਰ ਸਿੰਘ ਕੱਲੇਵਾਲ ਤੋਂ ਹਲਕਾ ਅਟਾਰੀ, ਜਿਨ੍ਹਾਂ ਨੂੰ ਬਹੁਤ ਵੱਡੀ ਪਾਰਟੀ ਨੇ ਜ਼ਿੰਮੇਵਾਰੀ ਸੌਂਪੀ ਆ, ਉਹਨਾਂ ਨੂੰ ਅੰਮ੍ਰਿਤਸਰ ਦਿਹਾਤੀ ਦੇ ਵਿੱਚ ਜਨਰਲ ਸਕੱਤਰ ਜਿਹੜਾ ਐਸਸੀ ਵਿੰਗ ਦਾ ਅੱਜ ਐਲਾਨਿਆ ਗਿਆ। ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ, ਆਉਣ ਵਾਲੀਆਂ 2022 ਦੀਆਂ ਚੋਣਾਂ ਵਿੱਚ ਅਸੀਂ ਆਪਣਾ ਵੱਖਰਾ ਹੀ ਕੋਈ ਰੋਲ ਅਦਾ ਕਰਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਵਾਂਗੇ।